ਬੀਤੇ ਦਿਨੀ ਰਾਧਾ ਅਸ਼ਟਮੀ ਮੌਕੇ ਤੇ ਲੁਧਿਆਣਾ ਦੇ ਗੋਬਿੰਦ ਗੋਦਾਮ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਹੋਇਆ, ਜਿਸ ਚ ਭਗਤਾਂ ਨੇ ਵੱਡੀ ਗਿਣਤੀ ਚ ਹਾਜ਼ਰੀ ਭਰੀ। ਧਾਮ ਦੇ ਵਿੱਚ ਰਾਧਾ ਅਸ਼ਟਮੀ ਦਾ ਤਿਉਹਾਰ ਬੜੇ ਹੀ ਉਲਾਸ, ਬੜੀ ਹੀ ਭਗਤੀ, ਬੜੀ ਹੀ ਲਗਨ, ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸਵੇਰੇ 5 ਵਜੇ ਤੋਂ ਰਾਧਾ ਰਾਣੀ ਦਾ ਅਭਿਸ਼ੇਕ ਸ਼ੁਰੂ ਹੋ ਗਿਆ ਸੀਗਾ, ਉਸ ਵਜੇ ਹੀ ਲੈਣਾ ਲੱਗ ਗਿਆ ਸੀਗੀਆਂ, ਔਰ ਸਾਰਾ ਦਿਨ ਹੀ ਇੱਥੇ ਲੋਕ ਆ ਰਹੇ ਨੇ, ਕਿਉਂਕਿ ਸਾਲ ਦੇ ਵਿੱਚ ਕੇਵਲ ਅੱਜ ਦੇ ਦਿਨ ਰਾਧਾ ਰਾਣੀ ਦੇ ਚਰਨ ਦੇ ਦਰਸ਼ਨ ਹੁੰਦੇ ਨੇ, ਅੱਗੇ ਪਿੱਛੇ ਚਰਨ ਦਰਸ਼ਨ ਨਹੀਂ ਹੁੰਦੇ। ਅੱਜ ਉਹਨਾਂ ਦੇ ਚਰਨ ਦਰਸ਼ਨ ਕਰਕੇ, ਉਹਨਾਂ ਦੀ ਕਿਰਪਾ ਲੈਣ ਵਾਸਤੇ, ਉਹਨਾਂ ਦੀ ਭਗਤੀ ਲੈਣ ਵਾਸਤੇ, ਗਊ ਮਾਤਾ ਦੀ ਸੇਵਾ ਲੈਣ ਵਾਸਤੇ ਲੋਕ ਸਵੇਰ ਦੇ ਇੱਥੇ ਆ ਰਹੇ ਨੇ। ਚਾਰੋਂ ਤਰਫ ਬੜਾ ਉਲਾਸ ਹੈ, ਬੜੀ ਭਗਤੀ ਹੈ, ਕਿਉਂਕਿ ਗੋਬਿੰਦ ਗੋਧਾਮ ਇੱਕ ਐਸੀ ਜਗ੍ਹਾ ਹੈ ਜਿੱਥੇ ਸੇਵਾ ਵੀ ਹੈ ਔਰ ਭਗਤੀ ਵੀ ਹੈ। ਇੱਥੇ ਗਊ ਮਾਤਾ ਦੀ ਸੇਵਾ ਹੈ, 2000 ਗਾਵਾਂ ਬਿਨਾਂ ਦੁੱਧ ਵਾਲੀਆਂ, ਜਿਨ੍ਹਾਂ ਵਿੱਚ ਲੰਗੜੀਆਂ ਵੀ ਨੇ, ਵਿਚਾਰੀਆਂ ਅੰਧੀਆਂ ਵੀ ਨੇ, ਬਿਮਾਰ ਨੇ, ਉਹਨਾਂ ਦੀ ਇੱਥੇ ਸੇਵਾ ਹੁੰਦੀ ਹੈ ਔਰ ਲੋਕ ਇੱਥੇ ਆ ਕੇ ਭਗਤੀ ਵੀ ਕਰਦੇ ਨੇ। ਮੈਂ ਆਪਣੇ ਵੱਲੋਂ, ਗੋਬਿੰਦ ਗੋਧਾਮ ਦੇ ਸਭੀ ਸੇਵਕਾਂ ਵੱਲੋਂ, ਬੜੇ ਟਰੱਸਟੀਆਂ ਵੱਲੋਂ, ਸਾਰੇ ਚੈਨਲ ਦੇ ਦਰਸ਼ਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਪ੍ਰਭ ਨੂੰ ਪ੍ਰਾਰਥਨਾ ਕਰਦਾ ਕਿ ਹਮੇਸ਼ਾ ਤੁਸੀਂ ਗੋਬਿੰਦ ਗੋਧਾਮ ਨਾਲ ਜੁੜੇ ਰਹੋ, ਤੁਹਾਡੀ ਲਗਨ ਲੱਗੀ ਰਹੇ। ਜੈ ਸ਼੍ਰੀ ਰਾਧੇ। ਠੀਕ ਹੈ ਬੇਟੇ। ਲੁਧਿਆਣੇ ਤੋਂ ਯੋਗੇਸ਼ ਕਪੂਰ ਨਾਲ ਹਰਜੀਤ ਸਿੰਘ ਦੀ ਰਿਪੋਰਟ, ਚੈਨਲ 2।